ਕਿੱਦਾਂ ਜੀ? ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਣਾ ਦੂਜਾ ਦਿਨ ਹੋ ਗਿਆ ਟ੍ਰੇਨ 'ਚ, ਸੁੱਤੇ ਉੱਠੇ ਆ, ਹੁਣ ਚਾਹ ਚੂਹ ਪੀਂਦੇ ਹਾਂ, ਸਾਰੇ ਉੱਠ ਪਏ ਆ, ਬਸ ਇੱਕ ਦੋ ਬੰਦਾ ਹੀ ਸੁੱਤੀ ਆ। ਸੁਭਾਸ਼ ਗੁੱਡ ਮਾਰਨਿੰਗ, ਸੁਭਾਸ਼ ਗੁੱਡ ਮਾਰਨਿੰਗ, ਦਮਨ ਸਿੰਘ ਵੀ, ਦਮਨ ਗੁੱਡ ਮਾਰਨਿੰਗ, ਕੀ ਹਾਲ ਆ ਭਾਈ? ਫੋਨ 'ਚ ਬਿਜ਼ੀ ਹੈ, ਡੈਡੀ ਬੈਠਾ ਬੈਠਾ ਸੁੱਤਾ ਵਾ। ਮੰਮੀ ਗੁੱਡ ਮਾਰਨਿੰਗ, ਅਲੱਗ ਤਾਪੇ ਸਾਰੇ ਸੁੱਤੇ ਜੀ। ਆਪਣੀ ਹੁਣ ਆ ਗਈ ਚਾਹ, ਰੇਲਵੇ ਦੀ ਚਾਹ ਪੀਣ ਦਾ ਵੱਖਰਾ ਹੀ ਮਜ਼ਾ ਵਾ, ਥੋੜ੍ਹਾ ਜਿਹਾ ਮਿੱਠਾ ਜ਼ਿਆਦਾ ਸੁੱਟਿਆ ਇਹਨਾਂ ਨੇ, ਮਿੱਠਾ ਤੇਜ਼ ਕਰ ਦਿੰਦੇ ਨਾ ਲੋਕਾਂ ਨੂੰ ਟੇਸਟ ਆਈ ਜਾਵੇ ਚਾਹ। ਠੀਕ ਹੈ, ਅਦਰਕ ਉਦਰਕ ਪਾਇਆ ਵਾ ਔਰ ਬੈਠ ਨਾ ਬੱਚਿਆਂ ਦਾ ਬ੍ਰੇਕਫਾਸਟ ਸ਼ੁਰੂ ਹੋ ਗਿਆ। ਜੂਸ ਪੀਂਦੇ ਪਏ ਨੇ, ਇਹ ਉੱਠੇ ਨੇ ਹੁਣੇ ਬ੍ਰਸ਼ ਕਰਕੇ ਆਏ ਨੇ। ਇਹ ਚਾਹ ਤੇ ਪੀਂਦੇ ਨੀ, ਦੁੱਧ ਪੀਂਦੇ ਨੇ, ਪਰ ਦੁੱਧ ਅਸੀਂ ਇੱਥੋਂ ਲੈ ਕੇ ਦੇ ਨੀ ਸਕਦੇ ਕਿਉਂਕਿ ਇਹਨਾਂ ਨੂੰ ਲਾਸਟ ਟਾਈਮ ਜਦੋਂ ਅਸੀਂ ਆਏ ਸੀ 4 ਸਾਲ ਪਹਿਲੇ ਤੇ ਦਮਨਪ੍ਰੀਤ ਤੋਂ ਇਨਫੈਕਸ਼ਨ ਹੋ ਗਈ ਸੀ ਦੁੱਧ ਪੀਣ ਨਾਲ ਇੱਥੇ, ਇਸ ਕਰਕੇ ਫਿਰ ਉਹਨੇ ਆਪਣਾ ਇੱਥੇ ਬਸ ਮਾੜੇ ਮੋਟੇ ਚੀਜ਼ਾਂ ਖਾ ਕੇ ਗੁਜ਼ਾਰਾ ਕਰਨਗੇ। ਸਾਰੇ ਗੁਣ ਬਾਹਾਂ ਕਿੱਦਾਂ ਖੜੀਆਂ ਕੀਤੀਆਂ। ਸ਼ਹਿਬਾਜ਼ ਜੁੱਸੀ ਸਵਾਦ ਹੈ, ਸ਼ਹਿਬਾਜ਼ ਲੈ ਬਿਸਕਿਟ ਵੀ ਖਾਓ ਨਾਲ ਨਾਲ, ਈਟ ਕਰੋ ਬਿਸਕਿਟ। ਸਾਰੇ ਚਾਹ ਪੀਂਦੇ ਪਏ ਮਜ਼ੇ ਦੇ ਨਾਲ ਤੇ ਤਲਵੀਰ ਸਮਾਨ ਕੱਢਦੇ ਪਏ ਹੋਰ ਖਾਣ ਲਈ ਚਾਹ ਨਾਲ। ਵੀਰ ਐਪਲ ਖਾਏਗੇ, ਸ਼ਹਿਬਾਜ਼ ਚਲੋ ਦੀਦੀ ਕੋ ਬੈਠੋ, ਸਰਗੁਣ ਕੋ ਬੈਠੋ, ਚਲੋ ਚਲੋ ਕਿਚਕਾ ਦੋ, ਕਿਚਕਾ ਦੋ ਦੀਦੀ ਨੂੰ, ਦੀਦੀ ਨੂੰ ਕਿਚਕਾ ਦੋ, ਦੀਦੀ ਨੂੰ ਲੜਾਈ ਹੋ ਗਈ। ਲੜਾਈ ਹੋ ਗਈ, ਲੜਾਈ ਹੋ ਗਈ। ਨੋ ਛੱਗੀ ਵੀਜੀਏ, ਵੀਜੀਏ ਬਾਅਦ ਨੇ ਆਪਣੇ ਮੂੰਹ ਚ ਡੈਪਲ ਫੜਿਆ। ਅਸੀਂ ਬਹੁਤ ਟਾਇਰਡ ਫੀਲ ਕਰਦੇ ਪਏ ਸਾਰੇ ਕਿਉਂਕਿ ਸਾਡੀ ਟ੍ਰੇਨ 13 ਘੰਟੇ ਲੇਟ ਹੈ, 7 ਘੰਟੇ ਲੇਟ ਚੱਲੀ ਸੀ ਅਤੇ 7 ਘੰਟੇ ਇਹਨਾਂ ਨੇ ਚੱਲਦੇ ਚੱਲਦੇ ਟਾਈਮ 'ਚ ਲੇਟ ਕਰ ਦਿੱਤੀ। ਥੋੜ੍ਹੇ ਥੋੜ੍ਹੇ ਟਾਈਮ ਬਾਅਦ ਸਟੋਪ ਲਈ ਜਾਂਦੇ ਨੇ
ਤੇ ਹੁਣ 13 ਘੰਟੇ ਲੇਟ ਹੋ ਗਏ ਅਸੀਂ ਪਹਿਲੇ ਅਸੀਂ ਪਹੁੰਚ ਜਾਣਾ ਸੀ ਅੱਜ ਸ਼ਾਮ ਨੂੰ 5 ਵਜੇ ਪਰ ਹੁਣ ਅਸੀਂ ਪਹੁੰਚਣਾ ਰਾਤ ਨੂੰ ਮਤਲਬ ਨੈਕਸਟ ਮਾਰਨਿੰਗ 5 ਵਜੇ ਪਰ ਹਲੇ ਵੀ ਕੋਈ ਪਤਾ ਨਹੀਂ ਸ਼ਾਇਦ 2-3 ਘੰਟੇ ਹੋਰ ਲੇਟ ਹੋ ਜੇ ਵੈਰੀ ਟਾਈਟ 3 ਦਿਨ ਲਾ ਕੇ ਚੱਲੇ ਸਾਨੂੰ ਥੱਕ ਕੇ ਬੱਸ ਹੋ ਗਈ ਆ ਇੱਕ ਤੇ ਟ੍ਰੇਨ ਰੁਕਦੀ ਕਿਉਂਕਿ ਨਾਰਮਲੀ ਲੇਟ ਚੱਲ ਰਹੀ ਸੀ ਨਾ ਤੇ ਉਹਦੇ ਕਰਕੇ ਜਿਹੜੀਆਂ ਦੂਜੀਆਂ ਟ੍ਰੇਨਾਂ ਉਹਨਾਂ ਨੂੰ ਅੱਜ ਉਹ ਸਾਰੇ ਪਹਿਲ ਦਿੰਦੇ ਨੇ ਫਿਰ ਰੁਕ ਕੇ ਉਹਨਾਂ ਨੂੰ ਪਹਿਲ ਦੇ ਕੇ ਨਗਾ ਕੇ ਫਿਰ ਇਹ ਚੱਲਦੀ ਆ ਕਿਉਂਕਿ ਲਾਈਨਾਂ ਤੇ ਦੋ ਹੀ ਆ ਫਿਰ ਇਹਨੂੰ ਬਹੁਤ ਰੁਕਣਾ ਪੈਂਦਾ ਇਸ ਕਰਕੇ 14 ਘੰਟੇ ਲੇਟ ਚੱਲਣ ਦੀ ਬੱਚੇ ਵੀ ਥੱਕ ਗਏ ਅਸੀਂ ਵੀ ਟ੍ਰੇਨ ਦਾ ਫੂਡ ਖਾ ਖਾ ਕੇ ਬੋਰ ਹੋ ਗਏ ਹੁਣ ਕੁਛ ਦਿਲ ਕਰਦਾ ਚਟਪਟਾ ਫੂਡ ਖਾਣ ਨੂੰ ਚਪੇੜਾ ਖਾ ਲਓ ਚਪੇੜਾ ਖਾ ਲਓ ਚਪੇੜਾ ਚਟਪਟੀ ਹੁੰਦੀਆਂ ਜਦੋਂ ਚਪੇੜਾ ਪੈਣੀ ਆ ਉਦੋਂ ਨੀ ਚਟਪਟੀਆਂ ਨੀ ਜਦੋਂ ਚੀਕਾਂ ਵੱਜਣੀਆਂ ਉਦੋਂ ਲੱਗਣੀਆਂ ਚਟਪਟੀਆਂ ਉਦੋਂ ਤੇ ਮਿਰਚ ਉਹਨਾਂ ਵੀ ਦਿਖੀਆਂ ਨਹੀਂ ਗੱਲ ਨਿਕਲਣੀ ਬੱਚੇ ਸਾਡੇ ਥੱਕ ਗਏ ਨੇ ਉਹ ਇੱਧਰ ਨਾਲ ਦੇ ਕੈਬਨ ਚ ਗਏ ਹੁਣ ਖੇਡਣ ਵਾਸਤੇ ਇੱਕ ਮੈਂਬਰ ਸਾਡਾ ਇਹ ਸੁੱਤਾ ਹੈ ਇੱਕ ਮੈਂਬਰ ਸਾਡਾ ਉਹ ਸੁੱਤਾ ਹੈ ਤੇ ਆਹ ਦੋ ਸਾਡੇ ਮੈਂਬਰ ਕੱਪੜੇ ਲਾ ਕੇ ਸਿੱਟ ਦਿੱਤੇ ਨੇ ਤੇ ਬਸ ਇੱਕ ਦੂਜੇ ਦੇ ਪਿੱਛੇ ਭੱਜੀ ਜਾਂਦੇ ਤੇ ਇਹ ਸਾਡਾ ਮੇਨ ਮੈਂਬਰ ਨਿਆਣੇ ਕਿੱਧਰ ਜਾਣਦੇ ਦੇਖੋ ਪਲੇ ਕਰੀ ਜਾਂਦੇ ਕਦੇ ਉਧਰ ਨੂੰ ਭੱਜੀ ਜਾਂਦੇ ਕਦੇ ਉਧਰ ਨੂੰ ਦੇਖੋ ਜੀ ਕਹਿੰਦਾ ਡਿਲੀਟ ਕਰ ਦੋ ਇੱਥੇ ਬਣਾ ਨੀ ਸਕਦੇ ਬਣਾ ਨੀ ਨਾ ਸਕਦੇ ਜਿੱਦਾਂ ਫੂਡ ਦੇ ਲੱਗੇ ਹੋਏ ਆ ਦੇਦੇ ਤਰਨ ਨਾਲ ਲਿਆ ਕੇ ਜਾਂਦੇ ਕੀ ਕਹਿੰਦੇ ਕਿੱਦਾਂ ਉਹਨੂੰ ਵਾਓ ਉਹਨ ਪਕੌੜੇ ਚਨੇ ਭਟੂਰੇ ਨਹੀਂ ਹੈਗੇ ਬੜਾ ਪਾਓ ਹੈ ਵੇਖੋ ਟ੍ਰੇਨ ਦੇ ਨਜ਼ਾਰੇ ਕੋਈ ਭੁਜੀਆ ਖਾ ਰਿਹਾ ਕੋਈ ਕੇਲੇ ਖਾ ਰਿਹਾ ਕੋਈ ਬਿਸਕੁਟ ਕੋਈ ਸੰਤਰਾ ਛਿਲ ਰਿਹਾ ਕੋਈ ਸੰਤਰੇ ਡੈਡੀ ਆ ਕੇਲੇ ਸ਼ੂਗਰ ਨਾ ਤੇ ਦੱਸ ਸ਼ੂਗਰ ਅਸੀਂ ਪਹੁੰਚ ਗਏ 40 ਗਾਓਂ ਜੰਕਸ਼ਨ ਤੇ ਇਹ ਤੋਂ ਅੱਗੇ ਆਉਣਾ ਵਾ ਵੱਡਾ ਸ਼ਹਿਰ ਮੜਵਾੜ ਤੇ ਉੱਥੇ ਆਪਾਂ ਨੂੰ ਮਿਲੂਗਾ ਲੰਗਰ ਗੁਰੂ ਦਾ ਲੰਗਰ ਵਰਤਾਉਂਦੇ ਨਾ ਬਾਬੇ ਆਉਂਦੇ ਉੱਥੋਂ ਮੜਵਾੜ ਤੋਂ ਸੇਵਾਦਾਰ ਅਤੇ ਉੱਥੇ ਲੰਗਰ ਵਰਤਾਉਂਦੇ ਆ ਅਤੇ ਰਾਤ ਦਾ ਡਿਨਰ ਆਪਾਂ ਉੱਥੇ ਕਰਾਂਗੇ ਸੰਗਤ ਅਤੇ ਰਾਤ ਪੈ ਚੁੱਕੀ ਬਾਬਾ 10 ਵਜੇ ਦਾ ਟਾਈਮ ਹੋ ਚੁੱਕਾ ਵਾ ਅਤੇ ਬਸ ਟ੍ਰੇਨ ਆਪਣੀ ਵੀ ਤੁਰ ਪਈ ਹੈ ਅਤੇ ਆਪਾਂ ਕਰੀਏ ਹੁਣ ਬੂਹਾ ਬੰਦ ਮੜਵਾੜ ਅਤੇ ਇੱਥੋਂ ਛਕਦੇ ਲੰਗਰ ਇੱਥੇ ਲੰਗਰ ਮਿਲਦਾ ਹੁੰਦਾ ਵੈ ਫਿਰ ਇੱਥੋਂ ਜਾਣਾ ਗਾ ਹਜ਼ੂਰ ਸਾਹਿਬ ਨੂੰ ਅਤੇ ਗੋਦੀ ਬੁੱਧੇ ਸਾਡੀ ਵਾਹਲਾ ਖਿਲ ਰਹੀ ਹੈ ਅਤੇ ਉੱਥੇ ਆਏ ਹਾਂ ਰਾਤ ਪੈ ਗਈ ਹੈ ਬਈ ਆਹ ਲੰਗਰ ਲੱਗਾ ਆ ਥਾਂ ਥਾਂ 'ਤੇ ਮੜਵਾੜ ਸ਼ਹਿਰ ਹੈ ਜੀ ਲਓ ਜੀ ਆਪਾਂ ਹੁਣ ਮੜਵਾੜ ਤੋਂ ਨਿਕਲ ਪਏ ਹਾਂ ਜੀ ਅਤੇ ਲੰਗਰ ਛਕ ਲਿਆ ਵਾਹਿਗੁਰੂ ਦਾ ਅਤੇ ਹੁਣ ਛੱਕ ਕੇ ਹੁਣ ਆਪਾਂ ਚੱਲਿਆ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਤੇ ਉੱਥੇ ਪਹੁੰਚ ਕੇ ਆਪਾਂ ਲਾਈਵ ਹੋਵਾਂਗੇ ਫਿਰ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਹੁਣ ਪਹੁੰਚ ਚੱਲੇ ਹਾਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਲਾਗੇ ਅਤੇ ਰਹਿ ਗਿਆ ਥੋੜ੍ਹਾ ਟਾਈਮ ਅਤੇ ਤਰਨ ਹੋਣਾਂ ਨੇ ਸਮਾਨ ਸਮੂਨ ਪੈਕ ਕਰ ਲਿਆ ਸਾਰਾ ਸਾਰੇ ਬੈਠੇ ਆ ਵੇਟ ਕਰ ਰਹੇ ਆ ਸਾਰੇ ਪੈਕ ਪੂਕ ਕਰਕੇ ਬਿਸਤਰੇ ਜੇ ਬੈਠੇ ਦੇਖੋ ਕਿੱਦਾਂ ਬੈਗ ਲਾਈ ਮੇਰਾ ਨਿੱਕੀ ਜੋ